ਇਹਨਾਂ ਦਾ ਕੋਈ ਅਸੂਲ ਦੇ ਮੁਤਾਬਕ ਕਿਸੇ ਮਕਸਦ ਦੇ ਮੁਤਾਬਕ ਲੋਕਾਂ ਦੇ ਮਕਸਦ ਦੇ ਮੁਤਾਬਕ ਕੋਈ ਲੜਾਈ ਨਹੀਂ ਹੈ। ਇਹਨਾਂ ਦੀ ਸਿਰਫ ਤੇ ਸਿਰਫ ਲੜਾਈ ਕੁਰਸੀ ਦੀ ਹੈ। ਇਹਨਾਂ ਨੇ ਕਿਹਾ ਸੀ ਸੁਖਵੀਰ ਨੂੰ ਪ੍ਰਧਾਨ ਨਹੀਂ ਮੰਨਦੇ, ਇਹਦਾ ਮਤਲਬ ਜ਼ਿਆਦਾ ਤਕਲੀਫ ਸੁਖਵੀਰ ਪ੍ਰਧਾਨ ਨਾ ਬਣੇ, ਕੋਈ ਹੋਰ ਬਣਦਾ ਨਾ, ਪ੍ਰਧਾਨ ਕੀ ਕੁਰਸੀ ਦਾ ਰੌਲਾ ਹੋਇਆ ਨਾ। ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੇ ਖਿਲਾਫ਼ ਚੱਲਣਾ ਜਿੱਥੇ ਅਕਾਲੀ ਦਲ ਦੀ ਚਿੰਤਾ ਦਾ ਵਿਸ਼ਾ, ਤਾਂ ਉੱਥੇ ਹੀ ਵਿਰੋਧੀਆਂ ਨੂੰ ਵੀ ਢੀਂਡਸਾ ਦੀ ਇਹ ਰਾਜਨੀਤਿਕ ਤਿਆਰੀ ਰਾਸ ਨਹੀਂ ਆ ਰਹੀ। ਸ਼ਾਇਦ ਤਾਂ ਹੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਦਿੱਗਜ ਲੀਡਰ ਰਜਿੰਦਰ ਕੌਰ ਭੱਠਲ ਦੇ ਢੀਂਡਸਾ ਨਿਸ਼ਾਨੇ 'ਤੇ ਨੇ। ਭੱਠਲ ਦਾ ਕਹਿਣਾ ਹੈ ਕਿ ਢੀਂਡਸਾ ਪਰਿਵਾਰ ਡਰਾਮੇ ਕਰ ਰਿਹਾ, ਕਿਉਂਕਿ ਢੀਂਡਸਾ ਪਰਿਵਾਰ ਨੇ ਸਿਰਫ ਉਹੀ ਅਹੁਦੇ ਛੱਡੇ ਨੇ ਜੋ ਲਾਭਦਾਇਕ ਨਹੀਂ ਸੀ, ਅਤੇ ਜਿਹੜੇ ਅਹੁਦੇ ਲਾਭਦਾਇਕ ਸੀ ਉਹ ਨਹੀਂ ਛੱਡੇ, ਜਿਵੇਂ ਕਿ ਰਾਜ ਸਭਾ ਦੀ ਮੈਂਬਰੀ। ਅਤੇ ਢੀਂਡਸਾ ਬਾਦਲਾਂ ਤੋਂ ਪਾਸਾ ਵੱਟ ਕੇ ਜੋ ਡਰਾਮੇਬਾਜ਼ੀ ਕਰ ਰਹੇ ਨੇ ਉਹ ਸਿਰਫ ਬੇਅਦਬੀ ਮਾਮਲਿਆਂ ਦੇ ਦਾਗ ਤੋਂ ਬਚਣ ਲਈ ਹੈ, ਪਰ ਲੋਕ ਸਭ ਜਾਣਦੇ ਨੇ। ਦੇਖੋ ਪਹਿਲੀ ਗੱਲ ਕਿ ਇਹ ਉਹਨਾਂ ਦੀ ਅਕਾਲੀ ਦਲ ਦੀ ਪਾਰਟੀ ਦਾ ਆਪਦਾ ਮਸਲਾ ਹੈ, ਇੰਟਰਨਲ ਮਾਮਲਾ ਹੈ, ਅਤੇ ਸਾਡਾ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ। ਲੇਕਿਨ ਦੂਜੇ ਪਾਸੇ ਹੈਗਾ ਕਿ ਇਹ ਲੜਾਈ ਜਿਹੜੀ ਅਕਾਲੀ ਦਲ ਦੀ ਏ ਟੀਮ ਅਤੇ ਬੀ ਟੀਮ ਦੀ ਹੈ, ਇਹਨਾਂ ਦਾ ਕੋਈ ਅਸੂਲ ਦੇ ਮੁਤਾਬਕ ਕਿਸੇ ਮਕਸਦ ਦੇ ਮੁਤਾਬਕ ਲੋਕਾਂ ਦੇ ਮਕਸਦ ਦੇ ਮੁਤਾਬਕ ਕੋਈ ਲੜਾਈ ਨਹੀਂ ਹੈ। ਇਹਨਾਂ ਦੀ ਸਿਰਫ ਅਤੇ ਸਿਰਫ ਲੜਾਈ ਕੁਰਸੀ ਦੀ ਹੈ, ਕਿਉਂਕਿ ਇਹ ਗੱਲ ਮੈਂ ਸੁਣੀ ਹੈ ਕਿ ਇਹਨਾਂ ਨੇ ਕਿਹਾ ਸੀ ਸੁਖਵੀਰ ਨੂੰ ਪ੍ਰਧਾਨ ਨਹੀਂ ਮੰਨਦੇ, ਇਹਦਾ ਮਤਲਬ ਜ਼ਿਆਦਾ ਤਕਲੀਫ ਸੁਖਵੀਰ ਪ੍ਰਧਾਨ ਨਾ ਬਣੇ, ਕੋਈ ਹੋਰ ਬਣਦਾ ਨਾ, ਪ੍ਰਧਾਨ ਕੀ ਕੁਰਸੀ ਦਾ ਰੌਲਾ ਹੋਇਆ ਨਾ। ਇਸ ਕਰਕੇ ਇਹਨਾਂ ਦੀਆਂ ਕੁਰਸੀਆਂ ਦੇ ਰੌਲੇ ਹੈਗੇ ਹੈ। ਇਹ ਜਿਹੜੇ ਗੁਨਾਹ ਦੀ ਗੱਲ ਕਰਦੇ ਹੈ, ਅੱਜ ਮੇਰਾ ਖਿਆਲ 14 ਅਤੇ 16 ਦੇ ਵਿੱਚ ਹੋਇਆ ਵੀ ਇੰਸੀਡੈਂਟ ਜਿਹੜਾ ਬੇਅਦਬੀ ਦਾ ਮਾਮਲਾ ਸੀ, ਉਹ ਅੱਜ ਇਹਨਾਂ ਨੂੰ ਕਿਉਂ ਯਾਦ ਆਇਆ? ਜਿਵੇਂ ਮੈਂ ਦੱਸਿਆ ਕਿ ਸਾਰੇ ਉਸ ਗੁਨਾਹ ਵਿੱਚ ਏ ਟੀਮ ਅਤੇ ਬੀ ਟੀਮ ਜਿਹੜੀ ਅੱਜ ਬਣੀ ਵੀ ਹੈ, ਇਹ ਸਾਰੇ ਸਮੁੱਚੇ ਉਹਦੇ ਵਿੱਚ ਸ਼ਾਮਿਲ ਸੀ, ਇਕੱਠੇ ਰਾਜ ਕਰਦੇ ਸੀ, ਇਕੱਠੇ ਰਾਜ ਭਾਗ ਭੋਗੇ। ਆ ਜਿਹੜੇ ਹੁਣ ਕੀਤੇ ਪਿੱਛੇ ਜੇ ਡਰਾਮੇ ਅਤੇ ਅਸੀਂ ਛੱਡਤੇ ਉਹਦੇ ਨੋਨ ਪ੍ਰੋਫਿਟੇਬਲ, ਉਹਦੇ ਛੱਡੇ ਪ੍ਰੋਫਿਟੇਬਲ ਨਹੀਂ ਛੱਡੇ, ਤੁਹਾਡੇ ਸਾਹਮਣੇ ਸਾਰੇ ਥਾਵਾਂ 'ਤੇ ਰਾਜ ਸਭਾ ਪ੍ਰੋਫਿਟੇਬਲ ਹੈ, ਛੱਡਦੇ ਉਸ ਵਕਤ ਜੇ ਛੱਡਿਆ ਇੱਕ ਅਹੁਦਾ ਤਾਂ ਕਾਂਗਰਸ ਪਾਰਟੀ ਦੇ ਸਾਡੀ ਸਿੱਕੀ MLA ਨੇ ਛੱਡਿਆ ਸੀ ਉਸ ਵੇਲੇ ਓਪੋਜੀਸ਼ਨ ਹੁੰਦੇ ਹੋਏ, ਇਹ ਤਾਂ ਸਾਰੇ ਵਜ਼ੀਰ ਬਣੇ ਹੋਏ ਸੀ। ਅਤੇ ਅੱਜ ਇਹਨਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਅਕਾਲੀ ਦਲ 'ਚ ਕੁਛ ਮਿਲਦਾ ਨਹੀਂ, ਰੌਲਾ ਨਹੀਂ, ਅਤੇ ਅਸੀਂ ਹੁਣ ਜਿਹੜੇ ਵਿਚਾਰੇ ਸਿੱਖ ਜਥੇਬੰਦੀਆਂ ਇੰਨਿਆਂ ਸਾਲਾਂ ਤੋਂ ਉੱਥੇ ਬੈਠੀਆਂ ਪ੍ਰੋਟੈਸਟ ਦੇ ਵਿੱਚ, ਉਹਨਾਂ ਦੀ ਕੀਤੀਆਂ ਕੁਰਬਾਨੀਆਂ ਦੇ ਬੱਲੇ ਨਾਲ ਬਹਾਨਾ ਬਣਾ ਕੇ ਇੱਕ ਨਿਕਲਣਾ ਚਾਹੁੰਦੇ ਆ, ਆਪਦੇ ਆਪ ਨੂੰ ਬੇਗੁਨਾਹੀ ਦਾ ਸਬੂਤ ਦੇਣਾ ਚਾਹੁੰਦੇ ਆ, ਲੇਕਿਨ ਇਹ ਸਾਰੇ ਇੱਕੋ ਕਟਹਿਰੇ 'ਚ ਖੜੇ ਆ, ਇੱਕੋ ਥੱਲੀ 'ਚ। ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਤੋਂ ਪਾਸਾ ਵੱਟ ਰਹੇ ਨੇ, ਇੱਥੋਂ ਤੱਕ ਕਿ ਲੋਕ ਸਭਾ ਚੋਣਾਂ 'ਚ ਵੀ ਆਪਣੇ ਪੁੱਤਰ ਪਰਮਿੰਦਰ ਢੀਂਡਸਾ ਲਈ ਵੀ ਉਹਨਾਂ ਪ੍ਰਚਾਰ ਨਹੀਂ ਸੀ ਕੀਤਾ, ਅਤੇ ਹੁਣ ਢੀਂਡਸਾ ਖੁੱਲ੍ਹ ਕੇ ਬਾਦਲਾਂ ਦਾ ਵਿਰੋਧ ਕਰਨ ਲੱਗੇ ਨੇ, ਜਿਸ ਤੋਂ ਬਾਅਦ ਢੀਂਡਸਾ ਅਕਾਲੀਆਂ ਦੇ ਨਹੀਂ ਸਗੋਂ ਕਾਂਗਰਸੀਆਂ ਦੇ ਵੀ ਨਿਸ਼ਾਨੇ 'ਤੇ ਨੇ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।